ਬੀਸੀ ਦੇ ਪ੍ਰੀਮੀਅਰ ਜੌਨ ਹਾਰਗਨ ਨੇ ਸੂਬੇ ਵਿੱਚ ਸਟੇਟ ਆਫ ਐਮਰਜੈਂਸੀ 14 ਅਪ੍ਰੈਲ ਤੱਕ ਵਧਾ ਦਿੱਤੀ ਹੈ। ਉਹਨਾਂ ਨੇ ਸੂਬੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਸਾਰਿਆਂ ਦਾ ਸਹਿਯੋਗ ਜ਼ਰੂਰੀ ਹੈ। ਇਸ ਲਈ ਸੋਸ਼ਲ ਡਿਸਟੈਂਸਿੰਗ ਦਾ ਦਾਇਰਾ ਬਰਕਰਾਰ ਰੱਖਿਆ ਜਾਵੇ ਤੇ ਹੈਲਥ ਡਿਪਾਰਟਮੈਂਟ ਵੱਲੋਂ ਜਾਰੀ ਕੀਤੀ ਹਦਾਇਤਾਂ ਦੀ ਪਾਲਣਾ ਕਾਨੂੰਨ ਦੀ ਤਰ੍ਹਾਂ ਕੀਤੀ ਜਾਵੇ। ਫਰੰਟਲਾਈਨ ਵਰਕਰਸ ਦੇ ਯਤਨਾਂ ਦੀ ਸ਼ਲਾਘਾ ਕਰਨ ਲਈ ਸਾਰਿਆਂ ਨੂੰ ਅੱਜ ਸ਼ਾਮ ਦੇ 7 ਵਜੇ ਆਪਣੇ ਘਰਾਂ ਦੀ ਬਾਲਕਨੀ ਜਾਂ ਪੋਰਚ ਵਿੱਚ ਤਾੜੀਆਂ ਮਾਰਨ ਦੀ ਅਪੀਲ ਵੀ ਕੀਤੀ ਗਈ ਹੈ। ਸਪਲਾਈ ਚੇਨ ਨੂੰ ਬਹਾਲ ਰੱਖਣ ਲਈ ਐਸੈਂਸ਼ੀਅਲ ਵਰਕਰਸ ਲਈ ਸੁਰੱਖਿਆ ਭਰਿਆ ਮਾਹੌਲ ਬਣਾਉਣ ਦੀ ਵੀ ਬੇਨਤੀ ਕੀਤੀ ਗਈ। ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਜਨਤਕ ਨੂੰ ਵੀ ਯਕੀਨ ਦਿਵਾਉਂਦਿਆਂ ਪ੍ਰੀਮੀਅਰ ਹਾਰਗਨ ਨੇ ਕਿਹਾ ਕਿ ਐਮਰਜੈਂਸੀ ਰਿਸਪੌਂਸ ਬੈਨੀਫਿਟ ਤੇ $500 ਟੈਂਪਰਰੀ ਰੈਂਟਲ ਸਪੋਰਟ ਦੇ ਨਾਲ ਹੀ ਰੈਂਟ ਹਾਈਕ ਤੇ ਐਵਿਕਸ਼ਨ ਤੇ ਵੀ ਫਿਲਹਾਲ ਰੋਕ ਲਗਾਈ ਗਈ ਹੈ।